ਇੱਕ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਹਰ ਵਰਗ ਲਈ ਸੱਚੀ ਹਮਦਰਦੀ ਰੱਖਣ ਵਾਲੇ ਅਤੇ ਹਰ ਵੇਲੇ ਪਰਮਾਤਮਾ ਦੀ ਰਜਾ ਵਿੱਚ ਰਹਿਣ ਵਾਲੇ ਇਨਸਾਨ ਭਗਤ ਤੁਲਸੀਦਾਸ ਜੀ। ਆਪ ਜੀ ਹਮੇਸ਼ਾ ਹੀ ਸੱਚ ਦੇ ਰਸਤੇ ਤੇ ਚੱਲੇ ਅਤੇ ਸਭਨਾਂ ਨਾਲ ਹੱਸ ਕੇ ਬੋਲਣਾ ਆਪ ਜੀ ਦਾ ਸੁਭਾਅ ਸੀ। ਆਪ ਹਰ ਕਿਸੇ ਦੇ ਦੁੱਖ ਦਰਦ ਵਿੱਚ ਸਹਾਈ ਹੁੰਦੇ ਸਨ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਸਨ ਅਤੇ ਆਪ ਜੀ ਦੇ ਚੰਗੇ ਸੰਸਕਾਰ ਆਪ ਜੀ ਦੇ ਸਮੁੱਚੇ ਪਰਿਵਾਰ ਵਿੱਚੋਂ ਦੇਖੇ ਜਾ ਸਕਦੇ ਹਨ। ਆਪ ਜੀ ਦਾ ਸਮੁੱਚਾ ਪਰਿਵਾਰ ਮਿੱਠ ਬੋਲੜਾ ਪਰਿਵਾਰ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਰਹਿਣ ਵਾਲਾ ਪਰਿਵਾਰ ਹੈ। ਆਪ ਜੀ ਦੇ ਬੱਚੇ ਬਹੁਤ ਹੀ ਸੰਸਕਾਰੀ ਹਨ ਅਤੇ ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ਿੰਦਗੀ ਬਸਰ ਕਰ ਰਹੇ ਹਨ ਅਤੇ ਨਾਮਣਾ ਖੱਟ ਰਹੇ ਹਨ। ਭਗਤ ਤੁਲਸੀਦਾਸ ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਪ੍ਰਾਰਥਨਾ ਹਾਲ ਰਾਮਬਾਗ ਬਰਨਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸ਼੍ਰੀ ਨਰਿੰਦਰ ਪਾਂਡੇ ਜੀ ਧੂਰੀ ਵਾਲਿਆਂ ਵੱਲੋਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਇਸ ਮੌਕੇ ਤੇ ਸ਼੍ਰੀ ਸ਼੍ਰੀ 1008 ਜਗਤ ਗੁਰੂ ਪੰਚ ਨੰਦਨ ਗਿਰੀ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪਰਿਵਾਰ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਦਾਸ ਇਹਨਾਂ ਬਾਰੇ ਇੱਕ ਸ਼ਬਦ ਕਹੇਗਾ ਕਿ ਸੰਤ ਮੋਏ ਕਿਆ ਰੋਈਏ, ਜੋ ਆਪਣੇ ਗ੍ਰਹਿ ਜਾਏ ਰੋ ਸਕਤ ਬਾਪਰੇ ਜੋ ਹੱਟੋ ਹੱਟ ਕਰ। ਮੂਲ ਮੰਤਰ ਕਿ ਸੰਤ ਮਹਾਤਮਾ ਸੀ, ਇਹਨਾਂ ਨੇ ਗੁਰੂ ਤੋਂ ਆਪਣੇ ਪ੍ਰਭੂ ਪਰਮਾਤਮਾ ਨੂੰ ਜਾਣਿਆ ਸੀ, ਆਤਮਾ ਦੇ ਘਰ ਨਿਰੰਕਾਰ ਨੂੰ ਜਾਣਿਆ ਸੀ ਔਰ ਇਸ ਵੀ ਛੱਡਣ ਤੋਂ ਬਾਅਦ ਬ੍ਰਹਮਲੀਨ ਹੋਏ ਹਨ, ਪਰਮਾਤਮਾ ਵਿੱਚ ਇੱਕ ਮਿੱਟ ਹੋ ਗਏ ਹਨ। ਜੇ ਪੂੰਜੀ ਮਤ ਖੋ ਜਾਣਾ ਗਫਲਤ ਮੇਂ ਮਤ ਸੋ ਜਾਣਾ, ਜੇ ਦੌਲਤ ਬਗਾਨੀ ਹੈ ਤੂਨੇ ਆਪਣੀ ਮਾਨੀ ਹੈ, ਕਿਉਂ ਤੂੰ ਦੁੱਖਾ ਖਾਤਾ ਹੈ ਇਸਕਾ ਮਾਲਿਕ ਦਾਤਾ ਹੈ। ਇੱਕ ਦਿਨ ਜਗ ਸਹਿ ਜਾਣਾ ਹੈ, ਇੱਕ ਦਿਨ ਜਗ ਸਹਿ ਜਾਣਾ ਹੈ ਤੁਝੇ ਹਿਸਾਬ ਚੁਕਾਣਾ ਹੈ। ਕੌਣ ਜਾਣੇ ਜਾ ਕਬ ਤੱਕ ਹੈ ਮੇਰਾ, ਹੋ ਜਗ ਝੂਠਾ ਹੈ ਮੇਰਾ ਤੇਰਾ। ਸੁਣ ਮਨ ਸੁਣ ਮਨ ਸੁਣ ਮਨ ਕਿਸਾ ਸੁਣ ਮਨ ਸੁਣ ਮਨ ਸੁਣ ਮਨ ਲੌਟੇ ਨਾ ਫਿਰ ਵਰਤ ਗਿਆ ਬੋਲੇ ਮਾਨਵ ਹੋਸ਼ ਮਿਆ, ਜਬ ਜਬ ਰਾਜ ਨੇ ਪਕੜੇ ਬਾਲ ਫਿਰ ਨਾ ਗਲੇ ਜੀ ਤੇਰੀ ਦਾਲ। ਅੰਤ ਸਮੇਂ ਪਛਤਾਏਗਾ ਤੂੰ ਰੋਵੇਗਾ ਚਿਲਾਏਗਾ, ਜੇ ਦੁਨੀਆ ਨਾ ਦੇਗੀ ਸਾਥ ਤੂੰ ਜਾਏਗਾ ਖਾਲੀ ਹਾਰ। ਗੁਰੂ ਸਾਹਿਬ ਜੀ ਕੋਈ 10 ਰੁਪਏ ਦਾ ਘੜਾ ਵੀ ਲੈ ਕੇ ਆਉਣਾ ਹੁੰਦਾ ਹੈ, ਸਾਸ ਜੀ ਉਸਨੂੰ ਵੀ ਕਹਿੰਦਾ ਹੈ ਕਿ ਇਸਦੀ ਗਰੰਟੀ ਕਿੰਨੀ ਹੈ, ਸਾਸੀ ਉਸਨੂੰ ਵੀ ਖੜਕਾ ਕੇ ਦੇਖਦਾ ਹੈ। ਰਹਿਮਤ ਕਰੋ ਸਾਸੀ, ਜਿਸ ਤਰ੍ਹਾਂ ਪੰਜਾ ਪੱਚ ਕਰੋ ਕੋਈ ਲੈਣ ਗਿਆ ਖੜਾ, ਕਹਿਣ ਲੱਗੇ ਕਿਹਦੇ ਦਾ ਹੈ, ਕਹਿਣ ਲੱਗੇ 20 ਰੁਪਏ ਦਾ ਹੈ, ਕਹਿਣ ਲੱਗੇ ਅੱਛਾ ਇਸਦੀ ਗਰੰਟੀ ਕਿੰਨੀ ਹੈ, ਸਾਸੀ ਤੋਂ ਕਹਿਣ ਲੱਗੇ ਇਸਦੀ ਗਰੰਟੀ 6 ਮਹੀਨੇ ਅਗਰ ਤੁਸੀਂ ਨਾ ਤੋੜੋ। ਸਾਸੀ ਤੋਂ ਕਹਿਣ ਲੱਗਾ ਲਿਖ ਕੇ ਦਿਓ, ਸਾਸੀ ਲਿਖ ਕੇ ਦਿੱਤਾ ਕੜੇ ਦੀ ਗਰੰਟੀ 6 ਮਹੀਨੇ। ਰਹਿਮਤ ਕਰੋ ਸਾਸੀ, ਦੂਸਰੇ ਪਾਸੇ ਮਹਾਤਮਾ ਕਹਿਣ ਲੱਗਾ ਲਿਖ ਕੇ ਦਿਓ ਕਿ ਤੂੰ 6 ਮਹੀਨੇ ਜਿੰਦਾ ਰਹੇਗਾ ਤਾਂ ਹੀ ਮੈਂ ਗਰੰਟੀ ਲਵਾਂਗਾ। ਕਹਿਣ ਲੱਗਾ ਮੇਰੀ ਗਰੰਟੀ ਤੇ ਇੱਕ ਪਲ ਦੀ ਵੀ ਨਹੀਂ ਹੈ। ਉਹ ਕਿਰਪਾ ਕਰੋ ਸਾਸੀ, ਆਉਂਦੇ ਜਾਂਦੇ ਸਵਾਸ ਸਾਸੀ ਕੋਈ ਪਤਾ ਨਹੀਂ, ਹਰ ਚੀਜ਼ ਦੀ ਗਰੰਟੀ ਹੈ, ਸਾਸੀ ਸਾਡੇ ਸਵਾਸਾਂ ਦੀ ਗਰੰਟੀ ਨਹੀਂ ਹੈ। ਸਤਸੰਗ ਸਾਡੇ ਧਾਰਮਿਕ ਗ੍ਰੰਥ ਸ਼੍ਰੀਮਦ ਭਗਵਦ ਗੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਰਮਾਇਣ ਜਾਂ ਹੋਰ ਵੀ ਸਤਸੰਗ ਜੋ ਵੀ ਜਿੱਥੇ ਕਿਸੇ ਦੀ ਆਸਥਾ ਹੈ, ਸਤਸੰਗ ਤੋਂ ਇੱਕ ਸੰਦੇਸ਼ ਦਿੰਦੇ ਹਨ ਸਾਨੂੰ। ਇੱਕ ਸਤਸੰਗ ਇੱਕ ਹਰ ਇੱਕ ਗ੍ਰੰਥ ਦੇ ਇਸ ਮਾਨਵ ਚੋਲੇ ਨੂੰ ਸਤਸੰਗ ਬਹੁਤ ਹੀ ਮਹੱਤਵ ਮੰਨਿਆ ਹੈ, ਬਹੁਤ ਹੀ ਉੱਤਮ ਜੋਨੀ ਮੰਨਿਆ ਗਿਆ ਹੈ। ਸਤਸੰਗ ਪਰ ਕਿਉਂ ਉੱਤਮ ਹੈ, ਕੀ ਇਸ ਜੋਨੀ ਦੇ ਵਿੱਚ ਵਿਸ਼ੇਸ਼ਤਾ ਹੈ, ਕਿਉਂ ਸਾਰੀਆਂ ਸਤਸੰਗਤ ਅਗਰ ਦੇਖਿਆ ਜਾਏ ਤਾਂ ਬਹੁਤ ਐਸੀਆਂ ਜੁਨੀਆਂ ਹਨ ਜੋ ਇਨਸਾਨ ਨਾਲੋਂ ਬਹੁਤ ਜ਼ਿਆਦਾ ਬਲਵਾਨ ਹਨ, ਬਹੁਤ ਜ਼ਿਆਦਾ ਸਤਸੰਗ ਕਿਸੇ ਦੀ ਨਿਗਾਹ ਵੀ ਤੇਜ਼ ਹੈ, ਕਿਸੇ 'ਚ ਹੋਰ ਕੋਈ ਗੁਣ ਹੈ, ਪਰ ਇਨਸਾਨ ਨੂੰ ਹੀ ਕਿਉਂ ਸਤਸੰਗ ਮੰਨਿਆ ਗਿਆ ਹੈ। ਸਤਸੰਗ ਤਾਂ ਗਿਆਨਤਾ ਅਵਸ਼ ਸਤਸੰਗ, ਇਨਸਾਨ ਇਸ ਸੱਚਾਈ ਨੂੰ ਨਹੀਂ ਜਾਣਦਾ। ਸਤਸੰਗ ਜਿਸ ਤਰ੍ਹਾਂ ਪਹਿਲਾਂ ਵੀ ਮਹਾਤਮਾਵਾਂ ਨੇ ਦੱਸਿਆ ਕਿ ਸਤਸੰਗ ਹੋਰ ਸਤਸੰਗ ਐਸੇ ਕੰਮਾਂ ਦੇ ਵਿੱਚ ਸਤਸੰਗ ਆਪਣੇ ਆਪ ਨੂੰ
ਜੋ ਸ਼ਾਸਨ ਤੱਕ ਗੁਜ਼ਾਰੇ ਲਈ ਹੁੰਦੇ ਹਨ ਜਾਂ ਸ਼ਾਸਨ ਸਿਰਫ ਇਸ ਜੀਵਨ ਤੱਕ ਸੀਮਿਤ ਹੁੰਦੇ ਹਨ, ਸ਼ਾਸਨ ਤੋਂ ਨਾ ਕੰਮਾਂ ਵੱਲ ਹੀ ਅਗਿਆਨਤਾ ਬਖਸ਼ ਇਨਸਾਨ ਧਿਆਨ ਦੇ ਰਿਹਾ ਹੈ, ਔਰ ਜੋ ਸ਼ਾਸਨ ਇਸ ਮਾਨਵ ਜੋਨੀ ਦਾ ਮੇਨ ਉਦੇਸ਼ ਹੈ, ਸਾਡੇ ਧਾਰਮਿਕ ਗ੍ਰੰਥਾਂ ਨੇ ਦੱਸਿਆ ਹੈ ਸਾਨੂੰ, ਉਸ ਕੰਮ ਵੱਲ ਸ਼ਾਸਨ ਇਸ ਦਾ ਧਿਆਨ ਨਹੀਂ ਹੈ। ਮਹਾਤਮਾ ਤੁਲਸੀਦਾਸ ਜੀ ਨੇ ਇਹ ਕੰਮ ਕੀਤਾ, ਸ਼ਾਸਨ ਦਾ ਜੋ ਜੀਵਨ ਮਰਨ ਤੋਂ ਮੁਕਤ ਹਨ ਸ਼ਾਸਨ। ऐ मन मेरे सोत जरा तू तेरा और ठिकाना, तेरा और ठिकाना, छोड़े के एक दिन जाना पड़ेगा, ये है देख बिगाना, दैवी शक्ति ने पांचों पांडवों से एक सवाल किया था। सवाल तो कई किए थे, पर उस दैवी शक्ति की एक शर्त थी कि जो मेरे सवाल का सही जवाब देगा वो इस सरोवर में से पानी पी सकेगा। बारी बारी चारों पांडव गए, पानी पीने का प्रयास किया, लेकिन गैवी शक्ति ने आवाज दी कि पहले मेरे सवाल का जवाब दो, नहीं तो मूर्छित होकर गिर जाऊंगा। चारों पांडवों में से किसी ने भी उस शक्ति का जवाब सही नहीं, और उसका परिणाम क्या हुआ कि मूर्छित होकर सभी सरोवर के किनारे गिर गए। अंत में जब धर्मराज युधिष्ठिर गए हैं पानी पीने के लिए तो सवाल फिर किया, उसमें एक सवाल ऐसा है वो मैं आपके साथ शेयर कर रहा हूं। युधिष्ठिर मुझे ये बताओ कि दुनिया में सबसे हैरान करने वाली बात क्या है। गैवी शक्ति ने सवाल किया धर्मराज युधिष्ठिर से, युधिष्ठिर ने दोनों हाथ जोड़ के प्रणाम किया और कहने लगे, हे गैवी शक्ति, मैं अपनी समझ से आपके सवालों का जवाब दे रहा हूं। दुनिया में सबसे बड़ी हैरान करने वाली बात यह है मौत। इंसान अपने कंधे पर उठाया हुआ है, अपने रिश्तेदार को, अपने पिता को, अपने बहन को, अपने भाई को, लेकिन ऐसे हालात में भी मोबाइल आ गया, हेलो मैं तो संस्कार पे बैठा हूं। अरे कहां संस्कार पे बैठा है, तू तो मोबाइल में बैठा है। भाव कि जिसको कंधे पर उठाया हुआ है वो समझता है उठाने वाला कि इसकी मौत हो गई, मेरी मौत होने वाली नहीं। तभी ये हैरान करने वाली ही बात है, और क्या है। संत जनों मौत में आनी है, आप नोट करके लो, निश्चित आना। दुनिया का कोई भी ऐसा प्राणी बचा नहीं जो मौत के लपेटे में ना आया। भगवान बुद्ध अपने समय के पैगंबर हुए, इस धरती पे आए और खूब प्रचार किया, सत्य का संदेश दिया लोगों को। एक दिन ऐसी घटना घटी, एक सज्जन के मन में ख्याल आया कि मैं चलते भगवान बुद्ध से आशीर्वाद लेता हूं कि भगवान बुद्ध मुझे आशीर्वाद दें कि मैं अमर हो जाऊं, मुझे मौत से डर लग रहा है, मैं मरना नहीं चाहता। चला गया, भगवान बुद्ध स्टेज पे विराजमान, जाके नमस्कार की और पूछा कि प्रभु मुझे ऐसा वरदान दे कि मैं मरना नहीं चाहता, मुझे मौत में आ। भगवान बुद्ध ने कहा, इस धरती पर जो भी पैदा हुआ है वो तो सभी बने। साढ़े बुजुर्ग बहुत ही अच्छे स्वभाव के सन,
ਬੜੀ ਆਪਣੇ ਹਿੰਮਤ ਹੈ ਕਿ ਜਿਸ ਵੇਲੇ ਅਸੀਂ ਲੋਕ ਪਿੱਛੋਂ ਪਾਕਿਸਤਾਨ 'ਚੋਂ ਹਿੰਦੁਸਤਾਨ 'ਚ ਆ ਕੇ ਵਸੇ ਅਤੇ ਸਾਡੇ ਬਜ਼ੁਰਗਾਂ ਨੂੰ ਬੜੀਆਂ ਮਿਹਨਤਾਂ ਕਰਨੀਆਂ ਪਈਆਂ ਅਤੇ ਇਹਨਾਂ ਨੇ ਪਰਿਵਾਰ ਨੂੰ ਚਲਾਉਣ ਵਾਸਤੇ ਬੜੀ ਮਿਹਨਤ ਕਰੀ ਜੀ। ਇਹਨਾਂ ਦਾ ਜੀਵਨ ਬੜਾ ਸ਼ਾਂਤਮਈ ਸੁਭਾਅ ਦਾ ਸੀ, ਹਰ ਵੇਲੇ ਖੁਸ਼ ਸੁਭਾਅ 'ਚ ਰਹਿੰਦੇ ਸੀ ਜੀ। 85 ਸਾਲ ਦੀ ਉਮਰ ਭੋਗ ਕੇ ਚਰਨਾਂ ਦੇ ਚਰਨਾਂ 'ਚ ਆ ਜਾ ਰਾਜੇ ਜੀ। ਪਰਿਵਾਰ 'ਚ 3 ਲੜਕੇ ਔਰ 2 ਬੇਟੀਆਂ ਇਹਨਾਂ ਦੀਆਂ, ਬੜੇ ਅੱਛੇ ਸੁਭਾਅ ਦੇ ਹੈ, ਬੜਾ ਸ਼ਹਿਰ ਦੇ ਅੰਦਰ ਇਹਨਾਂ ਦਾ ਅੱਛਾ ਸਲੂਕ ਹੈ, ਸਾਰਿਆਂ ਨਾਲ ਮਿਲਣਸਾਰ ਹੈ। ਪਰਿਵਾਰ ਭਾਈ ਸਾਹਿਬ ਦਾ ਵੀ ਬੜਾ ਅੱਛਾ ਸੁਭਾਅ ਸੀ, ਉਹ ਬੱਚੇ ਵੀ ਉਹਨਾਂ 'ਤੇ ਗਏ ਨੇ। ਮਾਲਕ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਅੱਛੇ ਪਰਿਵਾਰ ਨੂੰ ਭਾਣਾ ਮੰਨਦਾ। ਬੜੇ ਹੀ ਸ਼ਾਂਤ ਸੁਭਾਅ, ਬੜੇ ਹੀ ਲੋਕਾਂ ਦੇ ਮਨਾਂ ਨੂੰ ਪਾਉਣ ਵਾਲੇ ਸਾਡੇ ਪਿਤਾ ਜੀ। ਹਰ ਵਕਤ ਕਿਸੇ ਨੂੰ ਕੋਈ ਕਸ਼ਟ ਨਹੀਂ ਦਿੱਤਾ ਇਹਨਾਂ ਨੇ ਜ਼ਿੰਦਗੀ ਦੇ ਵਿੱਚ, ਕਦੀ ਕਿਸੇ ਨੂੰ ਮਾੜਾ ਨਹੀਂ ਕਿਹਾ, ਹਮੇਸ਼ਾ ਸਭ ਨੂੰ ਪਿਆਰ ਦਿੱਤਾ ਹੈ, ਸਭ ਨੂੰ ਆਪਣਾ ਬਣਾਇਆ ਹੈ। ਅਤੇ ਇਹਨਾਂ ਨੇ ਮਤਲਬ ਕਿ ਕਦੇ ਵੀ ਕਿਸੇ ਨੂੰ ਵੀ ਕੋਈ ਕਸ਼ਟ ਨਹੀਂ ਦਿੱਤਾ, ਹਮੇਸ਼ਾ ਖੁਸ਼ ਰਹੇ ਨੇ, ਸਭ ਨੂੰ ਆਸ਼ੀਰਵਾਦ ਦਿੰਦੇ ਰਹੇ ਨੇ। ਮੈਂ ਇਹਨਾਂ ਨੂੰ ਕਹੋ ਕੇ ਬਹੁਤ ਇਹਨਾਂ ਨੂੰ ਮਿਸ ਕਰ ਰਿਹਾ। ਮੈਂ ਰੋਹਿਤ ਮੱਕੜ, ਭਗਤ ਤੁਲਸੀਦਾਸ ਜੀ ਦਾ ਪੋਤਾ, ਅੱਜ ਉਹ ਸਾਡੇ ਵਿੱਚ ਨਹੀਂ ਰਹੇ, ਬਟ ਆਪਣਾ ਬਹੁਤ ਸਾਰਾ ਪਿਆਰ ਛੱਡ ਗਏ ਨੇ। ਜਿੰਨਾ ਟਾਈਮ ਰਹੇ ਹੱਸਦੇ ਖੇਡਦੇ ਰਹੇ, ਕਦੇ ਕਿਸੇ ਨੂੰ ਦੁੱਖ ਤਕਲੀਫ ਨਹੀਂ ਦਿੱਤੀ ਕੋਈ। ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਉਹ ਆਪਣੀ ਚੰਗੀ ਰੂਹ ਨੂੰ ਆਪਣੇ ਚਰਨਾਂ ਵਿੱਚ ਵਸ ਦੇਣ।